ਕਰਦਾ ਕਿ 3 ਸਾਲ ਵਾਸਤੇ ਮੈਨੂੰ ਮੇਰਾ ਜਿਹੜਾ ਗੁੱਸੇ ਪਰਿਵਾਰ ਸੀ ਉਹ ਮੈਨੂੰ ਕੋਈ ਕੰਮ ਨਾ ਦੇਵੇ। 3 ਸਾਲ ਮੈਂ ਅੱਜ ਇੱਕ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਆਪਣੇ ਸਾਰੇ ਘੋੜਾ ਪਰਿਵਾਰ ਦੇ ਮੈਂਬਰਾਂ ਨੂੰ ਕਿ ਮੈਂ ਬੇਨਤੀ ਕਰਦਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਚਲੋ ਬੈਠਾ ਹੈ ਨਾ, ਆਪਣੇ ਪਰਿਵਾਰ ਦੇ ਵਿੱਚ ਮਸਲੇ ਹੱਲ ਹੋ ਜਾਂਦੇ ਆ ਤਾਂ ਮਸਲਾ ਹੱਲ ਹੋਇਆ ਤਾਂ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਮੇਰੇ ਨਾਲ ਰੁੱਸਿਆ ਹੋਇਆ ਸੀਗਾ ਉਹਨੂੰ ਮਨਾਇਆ। ਅਤੇ ਪਰ ਮੈਂ ਉਹਦੇ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਜੋ ਮੇਰੇ ਨਾਲ ਕੱਲ੍ਹ ਤੱਕ ਰੁੱਸਿਆ ਪਰਿਵਾਰ ਸੀ ਉਸ ਪਰਿਵਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਅੱਗੇ ਆਪਣੀ ਰੋਜ਼ੀ ਰੋਟੀ ਲਈ ਨਹੀਂ ਝੁਕਿਆ, ਮੈਂ ਤੁਹਾਡੇ ਅੱਗੇ ਤੁਹਾਡੇ ਸਤਿਕਾਰ ਦੇ ਵਿੱਚ ਝੁਕਿਆ, ਮੈਂ ਤੁਹਾਡਾ ਸਤਿਕਾਰ ਕਰਦਾ ਇਸ ਕਰਕੇ ਝੁਕਿਆ। ਤਾਂ ਇਹ ਸਾਬਤ ਕਰਨ ਦਾ ਕਿਉਂਕਿ ਰਾਤ ਮੈਂ ਕਾਫੀ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ, ਮੈਨੂੰ ਐਂ ਲੱਗਦਾ ਸੀਗਾ ਕਿ ਯਾਰ ਮੈਂ ਆਪਣੇ ਆਪ ਨੂੰ ਵੀ ਇਹ ਸਵਾਲ ਬਹੁਤ ਵਾਰ ਪੁੱਛਿਆ ਕਿ ਕੀ ਮੈਂ ਕਦੇ ਰੋਟੀ ਦੇ ਲਾਲਚ 'ਚ ਤਾਂ ਨਹੀਂ, ਕਦੇ ਮੈਂ 4 ਪੈਸਿਆਂ ਦੇ ਲਾਲਚ ਦੇ ਵਿੱਚ ਤਾਂ ਨਹੀਂ ਮਤਲਬ ਝੁਕਿਆ। ਤਾਂ ਮੈਂ ਉੱਥੇ ਕਿਉਂਕਿ ਆਪਣੇ ਪਰਿਵਾਰਾਂ ਦੇ ਦਾ ਸਤਿਕਾਰ ਜਿਹੜਾ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਤਾਂ ਉਹ ਸਾਬਤ ਤੁਹਾਨੂੰ ਕਰਨਾ ਪੈਂਦਾ। ਤਾਂ ਮੈਂ ਜਿੰਨਾ ਵੀ ਮੇਰਾ ਪਰਿਵਾਰ ਮੇਰੇ ਨਾਲ ਰੁੱਸਿਆ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਇੱਕ ਸਮਾਂ ਦਿੱਤਾ ਜਾਵੇ ਜਿਹਦੇ 'ਚ ਮੈਂ ਤੁਹਾਡੇ ਸਾਹਮਣੇ ਸਾਬਤ ਕਰ ਸਕਾਂ ਕਿ ਮੈਂ ਤੁਹਾਡੇ ਅੱਗੇ ਰੋਟੀ ਲਈ ਨਹੀਂ ਝੁਕਿਆ, ਤੁਹਾਡੇ ਸਤਿਕਾਰ ਦੇ ਵਿੱਚ ਝੁਕਿਆ। ਤਾਂ ਉੱਥੇ ਮੇਰੇ ਦਿਮਾਗ ਦੇ ਵਿੱਚ ਇੱਕ ਹੀ ਹੱਲ ਨਿਕਲਿਆ ਕਿ ਮੈਂ ਉਹ ਸਾਰੇ ਪਰਿਵਾਰ ਨੂੰ ਬੇਨਤੀ ਕਰਾਂ ਜੋ ਕੱਲ੍ਹ ਮੇਰੇ ਮਤਲਬ ਆਪਾਂ ਇਕੱਠੇ ਹੋਏ ਸੀਗੇ ਸਾਰੇ ਪਰਿਵਾਰ, ਤਾਂ ਮੈਂ ਬੇਨਤੀ ਕਰਦਾ ਕਿ 3 ਸਾਲ ਵਾਸਤੇ ਮੈਨੂੰ ਮੇਰਾ ਜਿਹੜਾ ਗੁੱਸੇ ਪਰਿਵਾਰ ਸੀ ਉਹ ਮੈਨੂੰ ਕੋਈ ਕੰਮ ਨਾ ਦੇਵੇ। 3 ਸਾਲ ਵਾਸਤੇ, 3 ਸਾਲਾਂ ਦੇ ਵਿੱਚ ਮਤਲਬ ਮੈਂ ਇਹ ਸਾਬਤ ਕਰ ਦੂੰਗਾ ਵੀ ਮਤਲਬ ਮੈਂ ਤੁਹਾਨੂੰ ਸਾਬਤ ਕਰਨਾ ਚਾਹੁੰਦਾ ਵੀ ਮੈਂ ਤੁਹਾਡੇ ਅੱਗੇ ਜਿਹੜਾ ਮੇਰਾ ਝੁਕਣ ਦਾ ਕਾਰਨ ਸੀਗਾ ਉਹ ਤੁਹਾਡਾ ਸਤਿਕਾਰ ਸੀਗਾ। ਅਤੇ ਸਤਿਕਾਰ ਹੀ ਹੈਗਾ, ਮਤਲਬ ਸਤਿਕਾਰ ਹੀ ਹੈ ਅਤੇ ਸਤਿਕਾਰ ਹੀ ਸੀਗਾ। ਇਹ ਇਸ ਕਰਕੇ ਮੈਂ ਚਾਹੁੰਦਾ ਵੀ ਮਤਲਬ ਮੈਨੂੰ ਕੰਮ ਉਹ ਸੱਜਣ ਬਿਲਕੁਲ ਨਾ ਦੇਣ ਜਿਹੜੇ 28 ਤਰੀਕ ਤੱਕ ਮੇਰੇ ਨਾਲ ਰੁੱਸੇ ਹੋਏ ਸੀਗੇ। ਤਾਂ ਜਿਹੜੇ ਸੱਜਣ ਮੈਨੂੰ ਮਤਲਬ ਪਿਆਰ ਕਰਦੇ ਆ ਉਹ ਉਹਨਾਂ ਲਈ ਵੈਲਕਮ ਆ, ਉਹਨਾਂ ਲਈ ਕੰਮ ਕਰਾਂਗੇ। ਅਤੇ ਪਰ ਹਾਂ, ਕੋਈ ਵੀ ਸੱਜਣ ਮੈਨੂੰ ਇਸ ਕਰਕੇ ਕੰਮ ਨਾ ਦੇਵੇ ਕਿ ਯਾਰ ਸ਼ਾਇਦ ਸੁਖਜਿੰਦਰ ਪਰੇਸ਼ਾਨੀ 'ਚ ਆ, ਇਹਨੂੰ ਕੰਮ ਦੇਈਏ ਤਾਂ ਇਹਦੀ ਪਰੇਸ਼ਾਨੀ ਮਤਲਬ ਦੂਰ ਹੋ ਜੂਗੀ। ਨਹੀਂ, ਕੰਮ ਮੇਰੇ ਲਈ ਵੱਧ ਘੱਟ ਕਦੇ ਵੀ ਪਰੇਸ਼ਾਨੀ ਦਾ ਕਾਰਨ ਮੇਰਾ ਨਹੀਂ ਰਿਹਾ ਹੈ ਨਾ। ਚਲੋ, ਹਰ ਬੰਦੇ ਦੀਆਂ ਪਰੇਸ਼ਾਨੀਆਂ ਆਪਣੇ ਲੈਵਲ ਦੀਆਂ ਹੁੰਦੀਆਂ, ਹਰੇਕ ਬੰਦੇ ਦੀ ਛੋਟੀ ਮਤਲਬ ਜਿਸ ਲੈਵਲ ਦਾ ਬੰਦਾ ਜਿਹੋ ਜਿਹੀ ਸੁਸਾਇਟੀ ਦੇ ਵਿੱਚ ਰਹਿੰਦਾ ਉਹਦੀਆਂ ਪਰੇਸ਼ਾਨੀਆਂ ਉਸ ਲੈਵਲ ਦੀਆਂ ਹੁੰਦੀਆਂ ਹੈ ਨਾ। ਅਤੇ ਚਲੋ, ਮੈਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ, ਪਰ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਉਸ ਪਰਿਵਾਰ ਨੂੰ, ਫਿਰ ਬੇਨਤੀ ਕਰਦਾ ਕਿ 3 ਸਾਲ ਤੱਕ ਮੈਨੂੰ ਕੋਈ ਕੰਮ ਉਹ ਪਰਿਵਾਰ ਦੇ ਵਿੱਚੋਂ ਕੋਈ ਵੀ ਬੰਦਾ ਮੈਨੂੰ ਕੰਮ ਨਾ ਦੇਵੇ, ਕਿਸੇ ਵੀ ਥਾਂ ਮੈਨੂੰ ਕੰਮ ਨਾ ਦੇਵੇ ਤਾਂ ਜੋ ਮੈਂ ਇਹ ਸਾਬਤ ਕਰ ਸਕਾਂ ਕਿ ਮੈਂ ਰੋਜ਼ੀ ਰੋਟੀ ਲਈ, ਮੈਂ ਨੰਬਰ 2 ਤੇ ਮੈਨੂੰ ਕੋਈ ਵੀ ਬੰਦਾ ਇਸ ਐਵੇਂ ਵੀ ਕੰਮ ਨਾ ਦੇਵੇ ਮੇਰੇ ਚਾਹੁਣ ਵਾਲਿਆਂ 'ਚੋਂ ਵੀ ਨਹੀਂ ਨਹੀਂ ਸੋਈ ਅੰਦਰ ਤੋਂ ਕੰਮ ਕਰਾਉਣਾ ਭਾਵੇਂ ਉਹੀ ਨਜਾਇਜ਼ ਹੀ ਕਰਾਉਣਾ। ਨਹੀਂ, ਮੈਂ ਰਹਿਮਤ ਦੀ ਸਾਰੀ ਨਾਲੋਂ ਮਿਹਨਤ ਦੀ ਅੱਧੀ ਖਾਣ ਵਾਲਾ ਬੰਦਾ ਹੈ ਤਾਂ ਮੈਂ ਅੱਧੀ ਖਾ ਲੂੰਗਾ ਪਰ ਮਿਹਨਤ ਦੀ ਖਾਊਂਗਾ। ਅਤੇ ਮੈਂ ਆਪਣੇ ਪਰਿਵਾਰ ਦੇ ਅੱਗੇ ਇਹ ਮਤਲਬ ਸਾਬਤ ਕਰਨਾ ਚਾਹੁੰਦਾ, ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਨੂੰ ਕਹਿਣਾ ਚਾਹੁੰਦਾ, ਇਹ ਦਿਖਾਉਣਾ ਚਾਹੁੰਦਾ ਆਪਣੇ ਪਰਿਵਾਰ ਨੂੰ ਕਿ ਮੈਂ ਤੁਹਾਡੇ ਸਤਿਕਾਰ 'ਚ ਤੁਹਾਡੇ ਅੱਗੇ ਝੁਕਿਆ। ਕੰਮ ਕੋਈ ਗੱਲ ਨਹੀਂ, ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਹੈ ਨਾ, ਕਦੇ ਉੱਚਾ ਕਦੇ ਨੀਵਾਂ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ। ਮੈਂ ਮੈਂਟਲੀ ਬਹੁਤ ਪ੍ਰਪੇਅਰ ਹੋ ਚੁੱਕਿਆ ਤਾਂ ਹੁਣ ਮੈਂ ਮਤਲਬ ਉਸ ਚੀਜ਼ ਨੂੰ ਮਤਲਬ ਪਰਿਵਾਰ ਹਮੇਸ਼ਾ ਉਹ ਕਹਿੰਦੇ ਹੁੰਦੇ ਆ ਵੀ ਰਿਸ਼ਤੇ ਤਾਂ ਝੁਕ ਕੇ ਹੀ ਬਣਦੇ ਆ ਹੈ ਨਾ, ਰਿਸ਼ਤੇ ਆਕੜ ਕੇ ਨਹੀਂ ਬਣਦੇ। ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਰਿਸ਼ਤਾ ਟੁੱਟ ਚੱਲਿਆ ਸੀਗਾ ਉਹ ਬਣ ਗਿਆ।
तो मैं उस रिश्ते दे सत्कार नू बहाल रखन लई मैं बेनती करदा कि मैनू 3 साल तक कम ना दिता जावे, रुस्से वे परिवार दे विचों मैनू कोई भी सज्जन कम ना देवे। मैं उन्हां दे सामने साबित करना चाहुंदा कि मैं तुहाडा सत्कार करदा, ठीक है कि नहीं सज्जनों। बाकी प्यार करन वालियां दा कम करदे रहांगे, कोई गल नहीं, मिलदे रहांगे सज्जनों। तुहाडा धन्नवाद, तुसीं फिर भी बने हुए हैं, तुसीं फिर भी देखते हैं, सारा का धन्नवाद करते हैं। जिवें सियाणे कहिंदे हुंदे आ कि कहिंदे सुखां वेले सारी दुनिया नेड़े टुक टुक वहिंदी, पर खिजान सज्जन उस वेले जद बाजी पुठी पैंदी, तां सज्जन उस वेले परखे जांदे हन जदों तुहाडे ते मुश्किल पैंदी आ, उदों तुहानूं तुहानूं तुहाडे अपणियां दी परख हुंदी आ। समां बड़ा बलवान है, तुहानूं बड़ा कुछ सिखा दिंदा है, बड़े थावां ते तुहानूं पिछे हटन दे विच तुहाडे परिवार की सलामती हुंदी है, तुहाडी सलामती हुंदी है। ते बस कोई गल नहीं, ठीक है, मैं खुश हाँ।